ਡੈਂਟਲ ਕਲੀਨਿਕ ਦੇ ਬਾਹਰ ਨਕਾਬਪੋਸ਼ ਦੋ ਵਿਅਕਤੀ ਪਹੁੰਚ ਗਏ, ਦੋ ਬੰਦੇ ਪਹੁੰਚ ਗਏ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਹੜਾ ਪਿਸਤੌਲ ਸੀਗਾ ਉਹ ਜਾਮ ਹੋ ਜਾਂਦਾ ਹੈ, ਤਾਂ ਟਰੀਗਰ ਜਿਹੜਾ ਸੀਗਾ ਜਾਮ ਹੋ ਜਾਂਦਾ ਹੈ। ਦੇਖ ਸਕਦੇ ਹੋ ਤੁਸੀਂ, ਇਹ ਨਕਾਬਪੋਸ਼ ਇੱਥੇ ਪਹੁੰਚਿਆ ਹੋਇਆ ਹੈ ਦੁਕਾਨ ਦੇ ਬਾਹਰ, ਤਾਂ ਗੋਲੀਆਂ ਚਲਾਉਣ ਦੀ ਇਸਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਇਸੇ ਦੌਰਾਨ ਉਸਦਾ ਜਿਹੜਾ ਪਿਸਤੌਲ ਹੱਥ ਦੇ ਵਿੱਚ ਫੜਿਆ ਹੋਇਆ ਸੀ, ਜਿਸ ਦੇ ਨਾਲ ਉਹ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀਗਾ, ਤਾਂ ਉਹ ਟਰੀਗਰ ਜਿਹੜਾ ਜਾਮ ਹੋ ਜਾਂਦਾ ਹੈ, ਤਾਂ ਇਸੇ ਦੌਰਾਨ ਇਹ ਫਰਾਰ ਹੋ ਜਾਂਦੇ ਨੇ। CCTV ਦੇ ਵਿੱਚ ਇਹਨਾਂ ਦੀ ਪੂਰੀ ਹਰਕਤ ਕੈਦ ਹੋ ਗਈ ਹੈ। ਦੋ ਨਕਾਬਪੋਸ਼ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਪਹੁੰਚਦੇ ਨੇ ਡੈਂਟਲ ਕਲੀਨਿਕ ਦੇ ਬਾਹਰ, ਤਾਂ ਉੱਥੇ ਗੋਲੀਆਂ ਚਲਾਉਣ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥ ਦੇ ਵਿੱਚ ਪਿਸਤੌਲ ਫੜਿਆ ਹੋਇਆ ਹੈ, ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ, ਇਹ CCTV ਸਾਹਮਣੇ ਆਈ ਹੈ ਜਿੱਥੇ ਇੱਕ ਮੁੰਡੇ ਦੇ ਹੱਥ ਦੇ ਵਿੱਚ ਪਿਸਤੌਲ ਫੜੀ ਹੋਈ ਹੈ, ਤਾਂ ਗੋਲੀਆਂ ਚਲਾਉਣ ਦੀ ਇੱਥੇ ਕੋਸ਼ਿਸ਼ ਕਰਦਾ ਹੈ, ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਿਹੜੀ ਗੋਲੀ ਹੈ ਉਹ ਚੱਲਦੀ ਨਹੀਂ ਹੈ, ਜਿਹੜਾ ਪਿਸਤੌਲ ਹੈ ਉਹ ਜਾਮ ਹੋ ਜਾਂਦਾ ਹੈ, ਟਰੀਗਰ ਜਾਮ ਹੋ ਜਾਂਦਾ ਹੈ, ਗੋਲੀਆਂ ਚਲਾ ਨਹੀਂ ਪਾਉਂਦਾ ਇਹ ਮੁੰਡਾ। ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਸ ਦੀ CCTV ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਦੋਵੇਂ ਮੁੰਡੇ ਬਾਈਕ ਦੇ ਉੱਤੇ ਸਵਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਤਰਨ ਤਾਰਨ ਦਾ ਇਹ ਪੂਰਾ ਮਾਮਲਾ ਹੈ। ਤਰਨ ਤਾਰਨ ਦੇ ਭੀਖੀ ਪਿੰਡ ਦੇ ਵਿੱਚ ਡੈਂਟਲ ਕਲੀਨਿਕ ਦੇ ਬਾਹਰ ਦੋ ਨਕਾਬਪੋਸ਼ ਜਿਹੜੇ ਮੁੰਡੇ ਸੀਗੇ ਇੱਥੇ ਪਹੁੰਚੇ ਸੀਗੇ, ਤਾਂ ਜਿਹੜਾ ਡੈਂਟਲ ਕਲੀਨਿਕ ਸੀਗਾ ਉਸਦੇ ਉੱਤੇ ਗੋਲੀਆਂ ਚਲਾਉਣ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ, ਪਰ ਜਿਹੜਾ ਉਸਦਾ ਹਥਿਆਰ ਸੀਗਾ ਉਸਦੇ ਵਿੱਚ ਖਰਾਬੀ ਆ ਜਾਂਦੀ ਹੈ, ਤਾਂ ਉਹ ਗੋਲੀਆਂ ਚਲਾਉਣ 'ਚ ਸਫਲ ਨਹੀਂ ਹੋ ਪਾਉਂਦੇ, ਤਾਂ ਜਿਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ। ਤਾਂ CCTV ਦੇ ਵਿੱਚ ਪੂਰਾ ਮੰਜ਼ਰ ਕੈਦ ਹੋ ਗਿਆ ਹੈ, ਤਾਂ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਕਿ ਕੁਝ ਦਿਨ ਪਹਿਲਾਂ ਵਿਦੇਸ਼ ਬੈਠੇ ਇੱਕ ਵੱਡੇ ਗੈਂਗਸਟਰ ਨੇ ਡੈਂਟਲ ਕਲੀਨਿਕ ਦੇ ਮਾਲਕ ਦੇ ਕੋਲੋਂ ਫਿਰੌਤੀ ਦੀ ਮੰਗ ਕੀਤੀ ਸੀਗੀ, ਤਾਂ ਫਿਰੌਤੀ ਦੀ ਮੰਗ ਕੀਤੀ ਗਈ ਸੀਗੀ। ਜਦੋਂ ਫਿਰੌਤੀ ਨਹੀਂ ਦਿੱਤੀ ਗਈ ਤਾਂ ਮੁੰਡੇ ਇੱਥੇ ਦੁਕਾਨ ਦੇ ਬਾਹਰ ਪਹੁੰਚ ਜਾਂਦੇ ਨੇ, ਡੈਂਟਲ ਕਲੀਨਿਕ ਦੇ ਬਾਹਰ ਪਹੁੰਚ ਜਾਂਦੇ ਨੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀਗੇ, ਤਾਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਸੀਗੇ। ਸਵਾਰ ਹੋ ਕੇ ਜਦੋਂ ਪਹੁੰਚਦੇ ਨੇ ਤਾਂ ਆਉਂਦੇ ਸਾਰ ਇੱਥੇ ਗੋਲੀਆਂ ਚਲਾਉਣ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ, ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇੱਥੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਦੁਕਾਨ ਦੇ ਬਾਹਰ ਕੀਤੀ ਜਾਂਦੀ ਹੈ, ਪਰ ਜਿਹੜਾ ਪਿਸਤੌਲ ਹੁੰਦਾ ਹੈ ਉਹ ਅੜ ਜਾਂਦਾ ਹੈ, ਜਾਮ ਹੋ ਜਾਂਦਾ ਹੈ, ਤਾਂ ਟਰਿਗਰ ਜਾਮ ਹੋ ਜਾਂਦਾ ਹੈ, ਜਿਸਦੇ ਕਰਕੇ ਮੁੰਡਾ ਗੋਲੀਆਂ ਨਹੀਂ ਚਲਾ ਪਾਉਂਦਾ, ਹਮਲਾਵਰ ਜਿਹੜਾ ਸੀਗਾ ਗੋਲੀਆਂ ਨਹੀਂ ਚਲਾ ਪਾਉਂਦਾ, ਤਾਂ ਜਿਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ। ਤਾਂ ਦੱਸਿਆ ਜਾ ਰਿਹਾ ਕਿ ਵਿਦੇਸ਼ ਬੈਠੇ ਗੈਂਗਸਟਰ ਨੇ ਪ੍ਰਭ ਦਾਸੂਵਾਲ ਦੱਸਿਆ ਜਾ ਰਿਹਾ ਹੈ, ਪ੍ਰਭ ਦਾਸੂਵਾਲ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ, ਜਿਹੜਾ ਕਲੀਨਿਕ ਮਾਲਕ ਹੈ ਉਸਨੂੰ ਫਿਰੌਤੀ ਦੀ ਕੋਲ ਕੀਤੀ ਗਈ ਸੀ, ਫਿਰੌਤੀ ਦੀ ਉਸਦੇ ਕੋਲੋਂ ਮੰਗ ਕੀਤੀ ਗਈ ਸੀ, ਲੱਖਾਂ ਰੁਪਈਏ ਉਸਦੇ ਕੋਲੋਂ ਮੰਗੇ ਗਏ ਸੀਗੇ, ਤਾਂ ਜਦੋਂ ਫਿਰੌਤੀ ਨਹੀਂ ਦਿੱਤੀ ਗਈ ਤਾਂ ਮੁੰਡੇ ਨਕਾਬਪੋਸ਼ ਇੱਥੇ ਉਸਦੀ ਦੁਕਾਨ ਦੇ ਬਾਹਰ ਡੈਂਟਲ ਕਲੀਨਿਕ ਦੇ ਬਾਹਰ ਪਹੁੰਚ ਜਾਂਦੇ ਨੇ, ਤਾਂ ਗੋਲੀਆਂ ਚਲਾਉਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ, ਹੱਥਾਂ ਦੇ ਵਿੱਚ ਹਥਿਆਰ ਹੈ, ਸ਼ਰੇਆਮ ਫਾਇਰਿੰਗ ਕਰਨ ਦੀ ਇਹ ਮੁੰਡੇ ਕੋਸ਼ਿਸ਼ ਕਰ ਰਹੇ ਨੇ, ਪਰ ਜਿਹੜਾ ਹਥਿਆਰ ਸੀਗਾ ਉਹਨਾਂ ਦਾ ਜਾਮ ਹੋ ਜਾਂਦਾ ਹੈ, ਜਿਹੜਾ ਪਿਸਤੌਲ ਸੀਗਾ ਉਹ ਅੜ ਜਾਂਦਾ ਹੈ, ਟਰੀਗਰ ਜਾਮ ਹੋ ਜਾਂਦਾ ਹੈ, ਤਾਂ ਗੋਲੀਆਂ ਨਹੀਂ ਉਹ ਚਲਾ ਪਾਉਂਦੇ, ਜਿਸ ਤੋਂ ਬਾਅਦ ਇਹ ਮੁੰਡੇ ਫਰਾਰ ਹੋ ਜਾਂਦੇ ਨੇ। ਤਾਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ, ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ, ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜਿਹੜੇ ਆਰੋਪੀ ਨੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, CCTV ਖੰਗਾਲੇ ਜਾ ਰਹੇ ਨੇ, ਤਾਂ ਉਹਨਾਂ ਦੀ ਭਾਲ
ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਹ ਸ਼ਰੇਆਮ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਥਿਆਰ ਲੈ ਕੇ ਪਹੁੰਚਦੇ ਨੇ, ਬੇਖੌਫ ਹੋਏ ਬਦਮਾਸ਼ ਜਿਹੜੇ ਨੇ ਉਹ ਆਉਂਦੇ ਨੇ ਤਾਂ ਡੈਂਟਲ ਕਲੀਨਿਕ ਦੇ ਬਾਹਰ ਇਹਨਾਂ ਦੇ ਵੱਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਥਿਆਰ ਹੁੰਦਾ ਹੈ ਪਿਸਤੌਲ ਦੇ ਨਾਲ, ਫਾਇਰਿੰਗ ਦੁਕਾਨ ਦੇ ਬਾਹਰ ਮੁੰਡੇ ਦੇ ਵੱਲੋਂ ਕੀਤੀ ਜਾਂਦੀ ਹੈ, ਪਰ ਜਿਹੜਾ ਹਥਿਆਰ ਸੀਗਾ ਉਹ ਅੜ ਗਿਆ, ਜਾਮ ਹੋ ਗਿਆ, ਗੋਲੀਆਂ ਨਹੀਂ ਉਹ ਚਲਾ ਪਾਉਂਦਾ। ਤਾਂ ਦੋ ਵਾਰ ਕੋਸ਼ਿਸ਼ ਕਰਦਾ ਹੈ, ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਪਹਿਲਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਫਾਇਰਿੰਗ ਹੁੰਦੀ ਨਹੀਂ ਉਸਦੇ ਕੋਲੋਂ, ਜਾਮ ਹੋ ਜਾਂਦਾ ਹੈ ਟ੍ਰਿਗਰ। ਤਾਂ ਉਸ ਤੋਂ ਬਾਅਦ ਦੁਬਾਰਾ ਉਸਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਗੋਲੀ ਚਲਾਉਣ ਦੀ, ਫਿਰ ਵੀ ਜਿਹੜਾ ਪਿਸਤੌਲ ਸੀਗਾ ਮੁੜ ਤੋਂ ਜਾਮ ਹੋ ਗਿਆ, ਤਾਂ ਇਹ ਜਿਹੜਾ ਬਦਮਾਸ਼ ਸੀਗਾ ਗੋਲੀਆਂ ਚਲਾ ਨਹੀਂ ਪਾਉਂਦਾ। ਤਾਂ ਉੱਥੋਂ ਆਪਣੇ ਸਾਥੀ ਦੇ ਨਾਲ ਬਾਈਕ ਦੇ ਉੱਤੇ ਸਵਾਰ ਹੋ ਕੇ ਫਰਾਰ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਪੰਜਾਬ ਦਾ ਇਹ ਮਾਮਲਾ ਹੈ, ਤਰਨ ਤਾਰਨ ਦੇ ਵਿੱਚ ਇਸ ਤਰੀਕੇ ਦੇ ਨਾਲ ਹਮਲਾਵਰ ਆਏ ਡੈਂਟਲ ਕਲੀਨਿਕ ਦੇ ਬਾਹਰ ਪਹੁੰਚਦੇ ਨੇ, ਉੱਥੇ ਗੋਲੀਆਂ ਚਲਾਉਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ। ਦੋ ਨਕਾਬਪੋਸ਼ ਸੀਗੇ ਜਿਹੜੇ ਬਾਈਕ ਦੇ ਉੱਤੇ ਸਵਾਰ ਹੋ ਕੇ ਪਹੁੰਚੇ ਸੀਗੇ, ਤਾਂ ਆਉਂਦੇ ਸਾਰ ਉਤਰਦੇ ਨੇ ਤਾਂ ਆਉਂਦੇ ਸਾਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਿਸਤੌਲ ਕੱਢ ਕੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਗੋਲੀਆਂ ਚਲਾ ਨਹੀਂ ਪਾਉਂਦੇ ਕਿਉਂਕਿ ਜਿਹੜਾ ਪਿਸਤੌਲ ਸੀਗਾ ਉਹ ਜਾਮ ਹੋ ਗਿਆ, ਪਿਸਤੌਲ ਦਾ ਜਿਹੜਾ ਟ੍ਰਿਗਰ ਸੀਗਾ ਉਹ ਜਾਮ ਹੋ ਗਿਆ, ਜਿਸ ਦੇ ਕਰਕੇ ਗੋਲੀਆਂ ਨਹੀਂ ਚਲਾ ਪਾਉਂਦੇ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਆਰੋਪੀਆਂ ਨੂੰ ਕਾਬੂ ਕਰ ਲਿਆ ਜਾਵੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਹੜਾ ਪਿਸਤੌਲ ਸੀਗਾ ਉਹ ਜਾਮ ਹੋ ਜਾਂਦਾ ਹੈ, ਤਾਂ ਟ੍ਰਿਗਰ ਜਿਹੜਾ ਸੀਗਾ ਜਾਮ ਹੋ ਜਾਂਦਾ ਹੈ। ਦੇਖ ਸਕਦੇ ਹੋ ਤੁਸੀਂ ਇਹ ਨਕਾਬਪੋਸ਼ ਇੱਥੇ ਪਹੁੰਚਿਆ ਹੋਇਆ ਹੈ ਦੁਕਾਨ ਦੇ ਬਾਹਰ, ਤਾਂ ਗੋਲੀਆਂ ਚਲਾਉਣ ਦੀ ਇਸਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਇਸੇ ਦੌਰਾਨ ਉਸਦਾ ਜਿਹੜਾ ਪਿਸਤੌਲ ਹੱਥ ਦੇ ਵਿੱਚ ਫੜਿਆ ਹੋਇਆ ਸੀ, ਜਿਸ ਦੇ ਨਾਲ ਉਹ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀਗਾ, ਤਾਂ ਉਹ ਟ੍ਰਿਗਰ ਜਿਹੜਾ ਜਾਮ ਹੋ ਜਾਂਦਾ ਹੈ, ਤਾਂ ਇਸੇ ਦੌਰਾਨ ਇਹ ਫਰਾਰ ਹੋ ਜਾਂਦੇ ਨੇ। ਸੀਸੀਟੀਵੀ ਦੇ ਵਿੱਚ ਇਹਨਾਂ ਦੀ ਪੂਰੀ ਹਰਕਤ ਕੈਦ ਹੋ ਗਈ ਹੈ। ਦੋ ਨਕਾਬਪੋਸ਼ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਪਹੁੰਚਦੇ ਨੇ ਡੈਂਟਲ ਕਲੀਨਿਕ ਦੇ ਬਾਹਰ, ਤਾਂ ਉੱਥੇ ਗੋਲੀਆਂ ਚਲਾਉਣ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ। ਹੱਥ ਦੇ ਵਿੱਚ ਪਿਸਤੌਲ ਫੜਿਆ ਹੋਇਆ ਹੈ, ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ, ਇਹ ਸੀਸੀਟੀਵੀ ਸਾਹਮਣੇ ਆਈ ਹੈ ਜਿੱਥੇ ਇੱਕ ਮੁੰਡੇ ਦੇ ਹੱਥ ਦੇ ਵਿੱਚ ਪਿਸਤੌਲ ਫੜੀ ਹੋਈ ਹੈ, ਤਾਂ ਗੋਲੀਆਂ ਚਲਾਉਣ ਦੀ ਇੱਥੇ ਕੋਸ਼ਿਸ਼ ਕਰਦਾ ਹੈ, ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਿਹੜੀ ਗੋਲੀ ਹੈ ਉਹ ਚੱਲਦੀ ਨਹੀਂ ਹੈ। ਜਿਹੜਾ ਪਿਸਤੌਲ ਹੈ ਉਹ ਜਾਮ ਹੋ ਜਾਂਦਾ ਹੈ, ਟ੍ਰਿਗਰ ਜਾਮ ਹੋ ਜਾਂਦਾ ਹੈ, ਗੋਲੀਆਂ ਚਲਾ ਨਹੀਂ ਪਾਉਂਦਾ ਇਹ ਮੁੰਡਾ। ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਜਿਸਦੀ ਸੀਸੀਟੀਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਦੋਵੇਂ ਮੁੰਡੇ ਬਾਈਕ ਦੇ ਉੱਤੇ ਸਵਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਤਰਨ ਤਾਰਨ ਦਾ ਇਹ ਪੂਰਾ ਮਾਮਲਾ ਹੈ, ਤਰਨ ਤਾਰਨ ਦੇ ਭੀਖੀ ਪਿੰਡ ਦੇ ਵਿੱਚ ਡੈਂਟਲ ਕਲੀਨਿਕ ਦੇ ਬਾਹਰ ਦੋ ਨਕਾਬਪੋਸ਼ ਜਿਹੜੇ ਮੁੰਡੇ ਸੀਗੇ ਇੱਥੇ ਪਹੁੰਚੇ ਸੀਗੇ, ਤਾਂ ਜਿਹੜਾ ਡੈਂਟਲ ਕਲੀਨਿਕ ਸੀਗਾ ਉਸਦੇ ਉੱਤੇ ਗੋਲੀਆਂ ਚਲਾਉਣ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ, ਪਰ ਜਿਹੜਾ ਉਸਦਾ ਹਥਿਆਰ ਸੀਗਾ ਉਸਦੇ ਵਿੱਚ ਖਰਾਬੀ ਆ ਜਾਂਦੀ ਹੈ, ਤਾਂ ਉਹ ਗੋਲੀਆਂ ਚਲਾਉਣ 'ਚ ਸਫਲ ਨਹੀਂ ਹੋ ਪਾਉਂਦੇ, ਤਾਂ ਜਿਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ। ਤਾਂ ਸੀਸੀਟੀਵੀ ਦੇ ਵਿੱਚ ਪੂਰਾ ਮੰਜ਼ਰ ਕੈਦ ਹੋ ਗਿਆ ਹੈ। ਤਾਂ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਕਿ ਕੁਝ ਦਿਨ ਪਹਿਲਾਂ ਵਿਦੇਸ਼ ਬੈਠੇ ਇੱਕ ਵੱਡੇ ਗੈਂਗਸਟਰ ਨੇ ਡੈਂਟਲ ਕਲੀਨਿਕ ਦੇ ਮਾਲਕ ਦੇ ਕੋਲੋਂ ਫਿਰੌਤੀ ਦੀ ਮੰਗ ਕੀਤੀ ਸੀਗੀ। ਤਾਂ ਫਿਰੌਤੀ ਦੀ ਮੰਗ ਕੀਤੀ ਗਈ ਸੀਗੀ
ਜਦੋਂ ਫਿਰੌਤੀ ਨਹੀਂ ਦਿੱਤੀ ਗਈ ਤਾਂ ਮੁੰਡੇ ਇੱਥੇ ਦੁਕਾਨ ਦੇ ਬਾਹਰ ਪਹੁੰਚ ਜਾਂਦੇ ਨੇ, ਡੈਂਟਲ ਕਲੀਨਿਕ ਦੇ ਬਾਹਰ ਪਹੁੰਚ ਜਾਂਦੇ ਨੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀਗੇ ਤਾਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਸੀਗੇ। ਸਵਾਰ ਹੋ ਕੇ ਜਦੋਂ ਪਹੁੰਚਦੇ ਨੇ ਤਾਂ ਆਉਂਦੇ ਸਾਰ ਇੱਥੇ ਗੋਲੀਆਂ ਚਲਾਉਣ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ, ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇੱਥੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਦੁਕਾਨ ਦੇ ਬਾਹਰ ਕੀਤੀ ਜਾਂਦੀ ਹੈ। ਪਰ ਜਿਹੜਾ ਪਿਸਤੌਲ ਹੁੰਦਾ ਹੈ ਉਹ ਅੜ ਜਾਂਦਾ ਹੈ, ਜਾਮ ਹੋ ਜਾਂਦਾ ਹੈ, ਤਾਂ ਟ੍ਰਿਗਰ ਜਾਮ ਹੋ ਜਾਂਦਾ ਹੈ, ਜਿਸਦੇ ਕਰਕੇ ਮੁੰਡਾ ਗੋਲੀਆਂ ਨਹੀਂ ਚਲਾ ਪਾਉਂਦਾ, ਹਮਲਾਵਰ ਜਿਹੜਾ ਸੀਗਾ ਗੋਲੀਆਂ ਨਹੀਂ ਚਲਾ ਪਾਉਂਦਾ।